ਖੂਲ ਤੋਂ ਲੈ ਕੇ ਉੱਚ ਵਿਦਿਅਕ ਸੰਸਥਾਵਾਂ ਚ ਪੜਨ ਵਾਲੇ ਹਰ ਵਿਦਿਆਰਥੀ ਨੂੰ ਕਿਸੇ ਨਾ ਕਿਸੇ ਹੁਨਰ ਨਾਲ ਜੋੜਨ ਲਈ ਮੁਹਿੰਮ ਨੇ ਰਫਤਾਰ ਫੜੀ ਹੈ ਫਿਲਹਾਲ ਇਸ ਦਿਸ਼ਾ ਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਨੇ ਵੱਡੀ ਪਹਿਲ ਕੀਤੀ ਹੈ ਇਸ ਤਹਿਤ ਉੱਚ ਵਿਦਿਅਕ ਸੰਸਥਾਵਾਂ ਚ 3 ਤੋਂ 6 ਮਹੀਨੇ ਤੱਕ ਦੇ ਸ਼ਾਰਟ ਟਰਮ ਸਕਿੱਲ ਕੋਰਸਾਂ ਨੂੰ ਸ਼ੁਰੂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ ਜੋ ਸਕਿੱਲ ਦੇ ਵੱਖ-ਵੱਖ ਖੇਤਰਾਂ ਨਾਲ ਜੁੜੇ ਸਰਟੀਫਿਕੇਟ ਕੋਰਸ ਹੋਣਗੇ ਇਹਨਾਂ ਵਿੱਚ 12ਵੀਂ ਤੋਂ ਬਾਅਦ ਕੋਈ ਵੀ ਵਿਦਿਆਰਥੀ ਸਿੱਧਾ ਦਾਖਲਾ ਲੈ ਸਕੇਗਾ ਖਾਸ ਗੱਲ ਇਹ ਹੈ ਕਿ ਅਕੈਡਮਿਕ ਬੈਂਕ ਕ੍ਰੈਡਿਟ ਦੇ ਫਾਰਮੂਲੇ ਤਹਿਤ ਇੱਕ ਕ੍ਰੈਡਿਟ ਲਈ ਵਿਦਿਆਰਥੀ ਨੂੰ ਘੱਟੋ-ਘੱਟ 15 ਘੰਟੇ ਪੜਾਈ ਕਰਵਾਉਣੀ ਪਵੇਗੀ। ਉੱਥੇ ਹੀ ਪ੍ਰੈਕਟੀਕਲ ਜਾਂ ਸਕਿੱਲ ਨਾਲ ਜੁੜੀ ਸਿਖਲਾਈ 'ਚ ਇੱਕ ਕ੍ਰੈਡਿਟ ਲਈ 30 ਘੰਟਿਆਂ ਦਾ ਕੰਮ ਜ਼ਰੂਰੀ ਹੋਵੇਗਾ। UGC ਤਹਿਤ ਸ਼ਾਰਟ-ਟਰਮ ਸਕਿੱਲ ਕੋਰਸ ਸ਼ੁਰੂ ਕਰਨ ਵਾਲਿਆਂ ਉੱਚ ਵਿਦਿਆ ਸੰਸਥਾਵਾਂ ਨੂੰ ਹਫ਼ਤੇ 'ਚ 1 ਘੰਟੇ ਥਿਊਰੀ ਤੇ 2 ਘੰਟੇ ਪ੍ਰੈਕਟੀਕਲ ਕਰਵਾਉਣਾ ਪਵੇਗਾ। ਇਸ ਦੇ ਨਾਲ ਹੀ ਸੰਸਥਾਵਾਂ ਨੂੰ ਇਹ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੀ ਸਿਖਲਾਈ ਤੇ ਪਲੇਸਮੈਂਟ ਤੇ ਵੀ ਜ਼ੋਰ ਦੇਣ ਦਾ ਸੁਝਾਅ ਦਿੱਤਾ ਗਿਆ ਹੈ।